ਖਾਲਿਸਤਾਨ ਦੇ ਉੱਤੇ ਮੇਰੇ ਮੈਂ ਚੈਲੰਜ ਕਰਦਾ ਮੇਰੇ ਨਾਲ ਡਿਬੇਟ ਕਰੋ ਤੇ ਮੈਂ ਚੈਲੰਜ ਕਰਦਾ ਕਿ ਜੋ ਵੀ ਡਿਬੇਟ ਲਈ ਆਏਗਾ ਉਹ ਮੇਰੀਆਂ ਗੱਲਾਂ ਮੰਨ ਜੇਗਾ ਉਹੜਾ ਨੇ ਖੁੱਲੇ ਕਿਹੜਾ ਵਿਦਵਾਨ ਆ ਜਿਹੜੀ ਉਹਦੇ ਨਾਲ ਡਿਬੇਟ ਕਰੀਏ ਖਾਲਿਸਤਾਨ ਤੇ ਕਿਹੜਾ ਖਾਲਿਸਤਾਨ ਚਾਹੁੰਦਾ ਘਟਨਾ ਹੈ ਅਜਨਾਲਾ ਪੁਲਿਸ ਥਾਣੀ ਦੇ ਵਿੱਚ ਜੋ ਝੜਪ ਹੋਈ ਤੇ ਉਹ ਸ਼ਖਸ ਦਾ ਨਾਮ ਹੈ ਅਮਰਿਤਪਾਲ ਸਿੰਘ ਮੈਂ ਅੱਜ ਕਹਿਣਾ ਲੋਕ ਜਦੋਂ ਇਦਾਂ ਦੀਆਂ ਹੱਤਿਆਵਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਅਮਰਿਤਪਾਲਰ ਕੇ ਗੁੰਡੇ ਗੱਲ ਕਰਦੇ ਆ ਮੈਂ ਕਹਿੰਦਾ ਜੇ ਤੇਰੇ ਜਦਾਂ ਮਾਂ ਤੂੰ ਯੂਪੀ ਜਾ ਕੇ ਪਰ ਮਾਰ ਕੇ ਦਿਖਾ ਨਾ ਅਮਰਿਤਪਾਲ ਹੈਗਾ ਨਾ ਜਿੱਦਨੇ ਭੀ ਜੇ ਸੰਗਤ ਨੂੰ ਰੋਕਣਾ ਕੁਝ ਸੰਗਤੀਆਂ ਬਸਾਂ ਜ਼ਬਰਦਸਤੀ ਦਰਬਾਰ ਸਾਹਿਬ ਲੈ ਕੇ ਗਏ ਨੇ ਤੋਏ ਇਸ ਕਰਕੇ ਜੇ ਸੰਗਤ ਨੂੰ ਰੋਕਿਆ ਤੇਰੇ ਦਾ ਅੰਜਾਮ ਚੰਗਾ ਨਹੀਂ ਜਾ ਇਹਨੂੰ ਭੇਜ ਦਿਓ ਦਸਨ ਯੂਪੀ ਜਾਇਆ ਹੋਵੇ ਖਾਲਸਾ ਵਹੀਰ ਕਰਦਾ ਉੱਥੇ ਵੀ ਕੱਤਿਆ ਹੋਵੇ ਥੋੜੀ ਜੀ ਪਤਾ ਲੱਗ ਜਾਊਗਾ ਕਿਹੜੀ ਮਾਂ ਨੇ ਦੁੱਧ ਪਲਾਇਆ ਨੂੰ ਅਮਰਿਤਪਾਲ ਐਥੇ ਇੱਕ ਵਾਰ ਬੀਜੇਪੀ ਪੰਜਾਬ ਚ ਆ ਗਈ ਪੰਜਾਬ ਦੇ ਲੋਕ ਲੈ ਆਉਣ ਤੋਂ ਪਰ ਮਾਰ ਕੇ ਦਿਖਾਈ ਨਾਲੇ ਆ ਗੈਂਗਸਟਰ ਦੇਖ ਲਾਂਗੇ ਉਹ ਕੀ ਦੇ ਨੋਤੇ ਸਸਤਾ ਚੱਲਦੀ ਐ ਪੰਜਾਬ ਦੇ ਬਾਰੇ ਇਹੋ ਜੇ ਗੁੰਡੇ ਪੰਜਾਬ ਦੇ ਬਾਰੇ ਹੋ ਜਾਣਗੇ ਕਿੱਦਾਂ ਗਨ ਲੈ ਕੇ ਚੱਲਦੇ ਨੇ ਇਹਨਾਂ ਨੇ ਕਿਹਾ ਕਿ ਗਨ ਕਲਚਰ ਨਹੀਂ ਹੋਣਾ ਚਾਹੀਦਾ ਗਨ ਦਿਖਾਉਣੀ ਨਹੀਂ ਚਾਹੀਦੀ ਉਹ ਸ਼ਰੀਆਂ ਵਿੱਚ ਲੈ ਕੇ ਚੱਲ ਰਹੇ ਨੇ ਕੀ ਆ ਉਹ ਇਉਂ ਦੇਤੇ ਬੇਅਦਵੀ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਸਭ ਤੋਂ ਵੱਡੀ ਬੇਅਦਵੀ ਅਗਰ ਪੰਜਾਬ ਚ ਹੋਈ ਹੈ ਸ਼੍ਰੀ ਗੁਰਗ੍ਰਾਂਤ ਸਾਹਿਬ ਦੀ ਤਾਂ ਇਹ ਕੀ ਕੀਤੀ ਹੈ ਅੰਮ੍ਰਿਤਪਾਲ ਨੇ ਤੁਸੀਂ ਜਿਹੜੇ ਸਟਾਰ ਕੈਨੇਡਾ ਟੀਵੀ ਦੇ ਨਾਲ ਮੈਂ ਤੁਹਾਡੇ ਨਾਲ ਮਨਪ੍ਰੀਤ ਤੌਲਕ ਪੂਰੇ ਪੰਜਾਬ ਅਤੇ ਪੂਰੇ ਦੇਸ਼ ਦੇ ਵਿੱਚ ਇਸ ਸਮੇਂ ਇੱਕ ਘਟਨਾ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਸ ਦੀ ਚਰਚਾ ਹੋ ਰਹੀ ਹੈ ਉਹ ਘਟਨਾ ਜੁੜੀ ਹੋਈ ਹੈ ਅਜਨਾਲੇ ਦੇ ਨਾਲ ਅਜਨਾਲੇ ਦੇ ਪੁਲਿਸ ਥਾਣੇ ਦੇ ਵਿੱਚ ਜੋ ਕੁਝ ਵੀ ਹੋਇਆ ਉਸ ਤੋਂ ਬਾਅਦ ਇੱਕ ਨੈਰੇਟਿਵ ਵੀ ਸਿਰਜਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਉੱਤੇ ਪੰਜਾਬ ਦੇ ਲਾਅਨ ਆਰਡਰ ਦੇ ਉੱਤੇ ਸਵਾਲ ਕੀਤੇ ਜਾ ਰਹੇ ਨੇ ਅਮਰਿਤਪਾਲ ਸਿੰਘ ਦਾ ਨਾਮ ਲਗਾਤਾਰ ਸੁਰਖੀਆਂ ਦੇ ਵਿੱਚ ਬਣਿਆ ਹੋਇਆ ਹੈ ਚਾਹੇ ਕੋਈ ਉਸ ਦਾ ਪੱਖ ਦੇ ਵਿੱਚ ਹੈ ਚਾਹੇ ਕੋਈ ਉਸ ਦਾ ਵਿਰੋਧ ਕਰ ਰਿਹਾ ਹੈ ਉਸ ਦੀਆਂ ਗੱਲਾਂ ਨੂੰ ਨਕਾਰ ਰਿਹਾ ਇਹਨਾਂ ਸਾਰੇ ਮੁੱਦਿਆਂ ਦੇ ਉੱਤੇ ਅੱਜ ਚਰਚਾ ਕਰਾਂਗੇ ਤੇ ਚਰਚਾ ਕਰਨ ਦੇ ਲਈ ਭਾਜਪਾ ਆਗੂ ਹਰਜੀਤ ਗਰੇਵਾਲ ਸਾਡਾ ਨਾਮ ਜੁਦ ਗਰੇਵਾਲ ਸਾਹਿਬ ਸਤੋ ਸ੍ਰੀ ਅਕਾਲ ਤੁਹਾਡਾ ਸਾਰਾ ਚਾਹ ਜੀ ਧੰਨਵਾਦ ਜੀ ਜਿਵੇਂ ਮੈਂ ਕਿਹਾ ਕਿ ਸਰਖੀਆਂ ਦੇ ਵਿੱਚ ਇੱਕ ਘਟਨਾ ਵੀ ਬਣੀ ਹੋਈ ਹੈ ਤੇ ਇੱਕ ਸ਼ਖਸ ਦਾ ਨਾਮ ਵੀ ਘਟਨਾ ਹੈ ਅਜਨਾਲਾ ਪੁਲਿਸ ਥਾਣੀ ਦੇ ਵਿੱਚ ਜੋ ਝੜਪ ਹੋਈ ਤੇ ਉਹ ਸ਼ਖਸ ਦਾ ਨਾਮ ਹੈ ਅਮਰਿਤਪਾਲ ਸਿੰਘ ਓਵਰਵਿਊ ਕਿਵੇਂ ਦੇਖਦੇ ਹੋ ਉਸ ਘਟਨਾ ਨੂੰ ਤੇ ਅਮਰਿਤਪਾਲ ਸਿੰਘ ਦੀ ਉਸ ਇਨਵੋਲਵਮੈਂਟ ਨੂੰ ਦੇਖੋ ਜਦੋਂ ਦਾ ਅਮਰਿਤਪਾਲ ਆਇਆ ਨਾ ਬਾਰੋਂ ਇਹ ਅੱਜ ਤੋਂ 1.5 ਸਾਲ ਪਹਿਲਾਂ ਨਾ ਤਾਂ ਇਹ ਗੁਰਸਿੱਖ ਸੀ ਤੇ ਨਾ ਹੀ ਇਹਨੇ ਅਮਰਿਤ ਛਕਿਆ ਸੀ ਇਹ اچانک ਆਕੇ ਨੇ ਉਤਾਰ ਧਰ ਲਿਆ ਇਹ ਕਿਹਦੇ ਕਹਿਣ ਤੇ ਆਇਆ ਕਿਸ ਤਰ੍ਹਾਂ ਆਇਆ ਔਰ ਕਿਸ ਤਰ੍ਹਾਂ ਦੀਆਂ ਗੱਲਾਂ ਕਰਦਾ ਇਹ ਸਰਕਾਰਾਂ ਨੂੰ ਵੀ ਚੈਲੰਜ ਕਰਦਾ ਤੇ ਸਰਕਾਰਾਂ ਕਿਉਂ ਬੋਲਦੀਆਂ ਨਹੀਂ ਹੈ ਉਹਦਾ ਕਾਰਨ ਆ ਕਿ ਕਿਤਨੇ ਕਿਤੇ ਉਹਨੂੰ ਸ਼ੈਅ ਆ ਕਿ ਮੈਨੂੰ ਕਿਸੇ ਨੇ ਫੜਨਾ ਨਹੀਂ ਮੈਨੂੰ ਕਿਸੇ ਨੇ ਕਹਿਣਾ ਨਹੀਂ ਅੱਜ ਤੱਕ ਅਤੰਕਵਾਦ ਦਾ ਪੀਰੀਅਡ ਰਿਹਾ ਪੰਜਾਬ 'ਚ ਕਾਲਾ ਦੌਰ ਰਿਹਾ ਔਰ 23000 ਤੋਂ ਵੱਧ ਲੋਕਾਂ ਦੀਆਂ ਹੱਤਿਆ ਹੋ ਗਈਆਂ ਪਰ ਕਦੇ ਕਿਸੇ ਪੁਲਿਸ ਸਟੇਸ਼ਨ ਤੇ ਇਸ ਤਰ੍ਹਾਂ ਕਬਜ਼ਾ ਨਹੀਂ ਹੋਇਆ ਇਹ ਪਹਿਲੀ ਵਾਰ ਹੋਇਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਅੱਗੇ ਲਾ ਕੇ ਹੋਇਆ ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਜਿਹਨੂੰ ਅਸੀਂ ਆਪਣਾ ਗੁਰੂ ਮੰਨਦੇ ਆ ਇਹਨਾਂ ਨੇ ਪੂਰੇ ਸਾਡੇ जख्मी ਕੀਤੇ ਪੱਤਰਕਾਰ जख्मी ਕੀਤੇ ਔਰ ਉਸ ਤੋਂ ਬਾਅਦ ਇਹਨੂੰ 1 ਮਿੰਟ ਵੀ ਇਹ ਨਹੀਂ ਹੋਇਆ ਕਿ ਮੈਂ ਗਲਤ ਕੰਮ ਕੀਤਾ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਅਸੀਂ ਕਿਹਾ ਕਿ ਬਈ ਇਹਦੀ ਨਿੰਦਾ ਕਰੋ ਉਹ ਨਿੰਦਾ ਕਰਨਾ ਨਹੀਂ ਚਾਹੁੰਦੇ ਡਰਦੇ ਆ ਤੇ ਅਗਵਾਈ ਕੌਮ ਦੀ ਕੀ ਕਰਨਗੇ ਤੇ ਇਸ ਕਰਕੇ ਕਿਸੇ ਨੇ ਵੀ ਬੋਲਿਆ ਨਹੀਂ ਖੁੱਲ ਕੇ ਅਕਾਲੀ ਦਲ ਇਸ ਕਰਕੇ ਨਹੀਂ ਬੋਲਦਾ ਇੱਕ ਉਹ ਵਿਕਰਮ ਮਜੀਠੀਆ ਵਿਚਾਰਾ ਭਲਾ ਆਦਮੀ ਆ ਉਹਨੇ ਜ਼ਰੂਰ ਦੇਸ਼ ਸਮਾਜ ਦੀ ਗੱਲ ਕੀਤੀ ਆ ਤੇ ਬਾਕੀ ਉਹਨਾਂ ਚੋਂ ਵੀ ਕੋਈ ਖੁੱਲ ਕੇ ਨਹੀਂ ਬੋਲਿਆ ਡਰਦੇ ਨੇ ਉਹ ਔਰ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਨੇ ਕਹਿ ਤਾ ਦਿੱਤਾ ਅੱਜ ਤੱਕ ਮੁਕੱਦਮੇ ਨਹੀਂ ਦਰਜ ਕੀਤੇ ਨੂੰ ਅਰੈਸਟ ਗ੍ਰਿਫਤਾਰ ਕਰਨਾ ਚਾਹੀਦਾ ਔਰ ਇਹਨੂੰ ਸਖਤ ਤੋਂ ਸਖਤ ਐਗਜ਼ੈਂਪਲਰੀ ਪੁਨਿਸ਼ਮੈਂਟ ਹੋਣੀ ਚਾਹੀਦੀ ਆ ਜੇ ਪੁਲਸァੜੇ ਇਸ ਤਰ੍ਹਾਂ ਜ਼ਖਮੀ ਹੋਣਗੇ ਔਰ ਉਹ ਫੋਰਸਸ ਡੀਮੋਰਲਾਈਜ਼ ਹੋ ਜਾਣਗੀਆਂ ਤੱਕਨੋਂ ਲੋਕਾਂ ਦੀ ਸੁਰੱਖਿਆ ਕੀ ਕਰਨਗੇ ਲੋਕ ਸੁਰੱਖਿਅਤ ਰਹਿਣ ਇਹ ਜਿਆਦਾ ਜ਼ਰੂਰੀ ਨਹੀਂ ਹੁੰਦਾ ਲੋਕ ਸੁਰੱਖਿਅਤ ਮਹਿਸੂਸ ਕਰਨ ਇਹ ਸਰਕਾਰਾਂ ਨੇ ਕਰਾਉਣਾ ਹੁੰਦਾ ਇਹ ਪੰਜਾਬ ਸਰਕਾਰ ਲੋਕਾਂ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਵਾ ਰਹੀ ਇੱਕ ਤਾਂ ਮੈਂ ਦੱਸ ਦਿਆਂ ਵੀ ਅਮਰਿਤਪਾਲ ਕੋਈ ਪੰਥਕ ਲੀਡਰ ਨਹੀਂ ਹੈ ਕੋਈ ਸਿੱਖਾਂ ਦਾ ਲੀਡਰ ਨਹੀਂ ਹੈ ਉਹ ਤਾਂ ਇੱਕ ਗੁੰਡਾ ਗਰੋਹ ਆ ਜਿਹੜਾ ਚਲਾ ਰਿਹਾ ਕਿੱਦਾਂ ਗਨ ਲੈ ਕੇ ਚੱਲਦੇ ਨੇ ਇਹਨਾਂ ਨੇ ਕਿਹਾ ਕਿ ਗਨ ਕਲਚਰ ਨਹੀਂ ਹੋਣਾ ਚਾਹੀਦਾ ਗਨ ਦਿਖਾਉਣੀ ਨਹੀਂ ਚਾਹੀਦੀ ਉਹ ਸ਼ਰਿਆਮ ਲੈ ਕੇ ਚੱਲ ਰਹੇ ਨੇ ਕੀ ਆ ਉਹ ਔਰ ਫਿਰ ਉਹ ਕੀ ਕਹਿੰਦੇ ਆ ਸ਼ਹੀਦ ਦੀਪ ਸਿੰਘ ਸਿੱਧੂ ਅਰੇ ਭਾਈ ਸ਼ਹੀਦਾਂ ਦਾ ਕਿਉਂ અપਮਾਨ ਕਰਦੇ ਆ ਉਹਦੇ ਨਾਲ ਕਿਸੇ ਨੇ ਲਾਠੀ ਮਾਰੀ ਇਹਨੇ ਡੰਡਾ ਮਾਰਿਆ ਉਹ ਤਾਂ ਆਉਂਦਾ ਆਉਂਦਾ ਕਿਤੇ ਲੱਗ ਕੇ ਗੱਡੀ 'ਚ ਮਰ ਗਿਆ ਵਿਚਾਰਾ ਹੈ ਕਿੱਥੋਂ ਦਾ ਸ਼ਹੀਦ ਹੋ ਗਿਆ ਸ਼ਹੀਦ ਤਾਂ ਬਾਬਾ ਦੀਪ ਸਿੰਘ ਨੇ ਅਮਰ ਸ਼ਹੀਦ ਸ਼ਹੀਦ ਸਾਡੇ ਸਹਬਜ਼ਾਦੇ ਨੇ ਸ਼ਹਾਦਤ ਸ੍ਰੀ ਗੁਰੂ ਤੇਗ ਬਹਾਦਰ ਦੀ ਆ ਅਸੀਂ ਉਹਨਾਂ ਦਾ ਨਾਦਰ ਕਰਦੇ ਆ ਜਦੋਂ ਅਸੀਂ ਇਦਾਂ ਇਹ ਜਿਹੇ ਬੰਦਿਆਂ ਨੂੰ ਸ਼ਹੀਦ ਕਹਿ ਦਿੰਨੇ ਆ ਇਹ ਕਿਹੜੇ ਪਾਸੇ ਨੂੰ ਤੁਰੇ ਹੋਏ ਆ ਔਰ ਕਿਹਦੇ ਨਾਂ ਤੇ ਇਹ ਸੰਸਤਾ ਚੱਲਦੀ ਆ ਪੰਜਾਬ ਦੇ ਬਾਰੇ ਇਹ ਜਿਹੇ ਗੁੰਡੇ ਪੰਜਾਬ ਦੇ ਵਾਰਸ ਹੋ ਜਾਣਗੇ ਇਹਨਾਂ ਨੂੰ ਤਾਂ ਪੰਜਾਬ ਦੀ ਜਨਤਾ ਨੇ ਨਹੀਂ ਹੋਣ ਦੇਣਾ ਜਿਵੇਂ ਤੁਸੀਂ ਕਹਿ ਰਹੇ ਐਵੇਂ ਇਦਾਂ ਦੀ ਬਿਆਨ ਪੰਜਾਬ ਦੇ ਮੁੱਖ ਮੰਤਰੀ ਦਾ ਸੀ ਉਹਨਾਂ ਨੇ ਵੀ ਐਦਾਂ ਗੁਰੂ ਦੀ ਆੜ ਦੇ ਵਿੱਚ ਚੱਲਣ ਵਾਲੇ ਕਦੇ ਵੀ ਵਾਰਸ ਨਹੀਂ ਹੋ ਸਕਦੇ ਪੰਜਾਬ ਦੇ ਤਾਂ ਉਹਨਾਂ ਨੇ ਵੀ ਜਿਹੜੇ ਟਵੀਟ ਦਿੱਤੇ ਕੱਲ ਬਿਆਨ ਵੀ ਆਇਆ ਪ੍ਰੈਸ ਕਾਨਫਰੰਸ ਬਹੁਤ ਵੱਡੇ ਪੱਧਰ ਤੇ ਹੋਈਆਂ ਸੁਣੋ ਇਹ ਉਹਦੇ ਤੇ ਬੇਅਦਵੀ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਸਭ ਤੋਂ ਵੱਡੀ ਬੇਅਦਵੀ ਅਗਰ ਪੰਜਾਬ 'ਚ ਹੋਈ ਹੈ ਸ਼੍ਰੀ ਗੁਰਗ੍ਰੰਥ ਸਾਹਿਬ ਦੀ ਤਾਂ ਇਹ ਕੀਤੀ ਹੈ ਅਮਰਿਤਪਾਲ ਨੇ ਉੱਥੇ ਹੋਈ ਹੈ ਬੱਲੇ ਗਲਤ ਹੈ ਇਹ ਇਹ ਥੋੜਾ ਕਿ ਜਿਹੜਾ ਸਾਡੇ ਜਿਹਨੂੰ ਸਾਰਾ ਖਾਲਸਾ ਪੰਥ ਆਪਣਾ ਗੁਰੂ ਮੰਨਦਾ ਤੇ ਉਸ ਨੂੰ ਤੁਸੀਂ ਕਿਤੇ ਵੀ ਲਿਜਾ ਕੇ ਰੱਖਦੇ ਹੋਗੇ ਫਿਰ ਉਦਾਹਰਣ ਕੀ ਦਿੰਦਾ ਵਿਸ਼ਵ ਜੁੱਧ ਚ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੀ ਔਰ ਜਿਹਨੇ ਹੋਰ ਜੁੱਧ ਹੁੰਦੇ ਆ ਉੱਥੇ ਵੀ ਆਰਮੀ ਕੋਲ ਹੁੰਦੇ ਆ ਆਰਮੀ ਆਉਂਦੀ ਆ ਆਪਣੀ ਅਰਦਾਸ ਕਰਦੀ ਆ ਉਸ ਤੋਂ ਬਾਅਦ ਉਹਨਾਂ ਨੂੰ ਸੁਰੱਖਿਅਤ ਜਗ੍ਹਾ ਤੇ ਰੱਖ ਦਿੰਦੇ ਆ ਤੇ ਉਹਨਾਂ ਦਾ ਪ੍ਰਕਾਸ਼ ਹੋ ਜਾਂਦਾ ਔਰ ਉਹ ਫਿਰ ਜੁੱਧ ਲਈ ਜਾਂਦੇ ਆ ਇਹ ਜਿਆਦਾ ਲੋਕਾਂ ਨੂੰ ਸਮਝ ਨਾ ਦੇਵੇ ਔਰ ਇਹਨੇ ਫਿਰ ਕਿਦਾਂ ਫਰਨੀਚਰ ਤੋੜੇ ਨੇ ਜਾ ਕੇ ਉਸੇ ਵੇਲੇ ਰੋਕਣਾ ਚਾਹੀਦਾ ਸੀ ਮੁਕਦਮਾ ਦਰਜ ਹੋਣਾ ਚਾਹੀਦਾ ਸੀ ਗੁਰਦੁਆਰਾ ਸਹਿਬਾਨ ਚ ਜਿਹੜੇ ਲੋਕ ਜਾਂਦੇ ਆ ਅੱਜ 50 55 60 ਸਾਲ ਤੋਂ ਵੱਧ ਉਹਨਾਂ ਦੇ ਗੋਡੇ ਕੰਮ ਨਹੀਂ ਕਰਦੇ ਕਿਸੇ ਦੀ ਕਮਰ ਚ ਦਿੱਕਤ ਆ ਜਾਂਦੀ ਹੈ ਕਿਸੇ ਦੀ ਸਪਾਇਨ ਚ ਦਿੱਕਤ ਆ ਉਹਨਾਂ ਨੇ ਗੁਰੂ ਘਰ ਜਾਣਾ ਹੈਗਾ ਤੇ ਜੇ ਜਾ ਕੇ ਥੋੜੀ ਜਿਹੀ ਉੱਚੀ ਜਗ੍ਹਾ ਤੇ ਬੈਠ ਜਾਣਗੇ ਜਿੱਥੇ ਉਹਨਾਂ ਨੂੰ ਸੁਵਿਧਾ ਹੋਊਗੀ ਇਹ ਇਹ ਤੇਰੇ ਹੀ ਕਰੂਣ ਚੱਲਣਾ ਮੈਂ ਅੱਜ ਕਹਿਣਾ ਲੋਕ ਜਦੋਂ ਇਦਾਂ ਦੀਆਂ ਹੱਤਿਆਵਾਂ ਹੁੰਦੀਆਂ ਨੇ ਇਸ ਤਰ੍ਹਾਂ ਦੇ ਅਮਰਿਤਪਾਲਰ ਕੇ ਗੁੰਡੇ ਗੱਲ ਕਰਦੇ ਆ ਮੈਂ ਕਹਿੰਦਾ ਜੇ ਤੇਰੇ ਜਦਾਮਾ ਤੂੰ ਯੂਪੀ ਜਾ ਕੇ ਪਰ ਮਾਰ ਕੇ ਦਿਖਾ ਨਾ ਅਮਰਿਤਪਾਲ ਹੈਗਾ ਨਾ ਆ ਜਿੰਨੇ ਗੈਂਗਸਟਰ ਨੇ ਕਿੱਧਰ ਚਲੇ ਗਏ ਯੂਪੀ ਚੋਂ ਇੱਥੇ ਵੀ ਲੋਕ ਕਹਿਣ ਲੱਗੇ ਯੋਗੀ ਚਾਹੀਦਾ મોદી ਚਾਹੀਦਾ મોદી ਆਊਗਾ ਤਾਂ ਯੋਗੀ ਆਊਗਾ ਤੇ ਚਿੜੀਆਂ ਨਹੀਂ ਪਰ ਮਾਰੂਗੀ ਪੰਜਾਬ ਚ ਵੀ ਅੱਜ ਦੱਸ ਦਿੰਨੇ ਆ ਇੱਕ ਸਵਾਲ ਹੋਰ ਉਹਨਾਂ ਨੇ ਸ਼ਰਿਆਮ ਖੁੱਲੇ ਆਮ ਕਹਿਆ ਵੀ ਖਾਲਿਸਤਾਨ ਦੇ ਉੱਤੇ ਮੇਰੇ ਮੈਂ ਚੈਲੰਜ ਕਰਦਾ ਮੇਰੇ ਨਾਲ ਡਿਬੇਟ ਕਰੋ ਤੇ ਮੈਂ ਚੈਲੰਜ ਕਰਦਾ ਕਿ ਜੋ ਵੀ ਡਿਬੇਟ ਲਈ ਆਏਗਾ ਉਹ ਮੇਰੀਆਂ ਗੱਲਾਂ ਮੰਨ ਜੇਗਾ ਉਹ ਕਿਹੜਾ ਵਿਦਵਾਨ ਹੈ ਜਿਹੜੀ ਉਹਦੇ ਨਾਲ ਡਿਬੇਟ ਕਰੀਏ ਖਾਲਿਸਤਾਨ ਤੇ ਕਿਹੜਾ ਖਾਲਿਸਤਾਨ ਚਾਹੁੰਦਾ ਇਹਨੂੰ ਪੁੱਛੋ ਇਹ ਕਹਿੰਦਾ ਕਿ ਸਿੱਖਾਂ ਤੇ ਇੱਥੇ ਜ਼ੁਲਮ ਹੋ ਰਿਹਾ ਹੈ ਜ਼ੁਲਮ ਕਿੱਥੇ ਹੋ ਰਿਹਾ ਹੈ ਪਾਕਿਸਤਾਨ ਜ਼ੁਲਮ ਕਿੱਥੇ ਹੋ ਰਿਹਾ ਹੈ ਅਫਗਾਨਿਸਤਾਨ ਸਿੱਖਾਂ ਦੀਆਂ ਬਹੂ ਬੇਟੀਆਂ ਖੋ ਕੇ ਲੈ ਜਾਂਦੇ ਆ ਉਹਨਾਂ ਨੂੰ ਇਸਲਾਮ ਕਬੂਲ ਕਰਵਾ ਲੈਂਦੇ ਆ ਉਹਨਾਂ ਨਾਲ ਨਿਕਾਹ ਕਰ ਲੈਂਦੇ ਆ ਉਹ ਜਦੋਂ ਇੱਥੇ ਹਿੰਦੁਸਤਾਨ ਆਉਂਦੇ ਆ ਨਾਗਰਿਕ ਉਹ ਉੱਥੋਂ ਦੇ ਨੇ 에어ਪੋਰਟ ਤੇ ਆ ਕੇ ਪਤਾ ਹੀ ਕਹਿੰਦੇ ਅਸੀਂ ਤਾਂ ਸਵਰਗ 'ਚ ਆ ਗ ਅਮਰਿਤਪਾਲ ਨੂੰ ਕਹੋ ਨਾ ਬਹਾਦਰਤ ਉੱਥੇ ਜਾਵੇ ਜਾ ਕੇ ਗੱਲ ਕਰੇ ਇਹ ਤਾਂ ਇੱਥੇ ਹੀ ਜਾਣ ਬੁੱਝ ਕੇ ਇਹਨੂੰ ਪਤਾ ਡੈਮੋਕ੍ਰੇਸੀ ਪ੍ਰਵੇਲ ਕਰਦੀ ਆ ਡੈਮੋਕ੍ਰੇਸੀ ਦਾ ਦੁਰਉਪਯੋਗ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਉਹ ਕਹਿੰਦੇ ਡੈਮੋਕ੍ਰੇਸੀ ਨਹੀਂ ਉਹਨਾਂ ਨੇ ਕੱਲ ਇੱਕ ਬਿਆਨ ਵੀ ਦਿੱਤਾ ਕਹਿੰਦਾ ਮੈਂ ਇੰਡੀਅਨ ਨਹੀਂ ਹੈਗਾ ਮੈਂ ਇੱਕ ਪੰਜਾਬੀ ਤੇ ਸਿੱਖ ਹਾਂ ਮੈਂ ਕਹਿੰਦਾ ਅਮਰਿਤਪਾਲ ਇੱਥੇ ਇੱਕ ਵਾਰ ਭਾਜੀਪੀ ਪੰਜਾਬ 'ਚ ਆ ਗਈ ਪੰਜਾਬ ਦੇ ਲੋਕ ਲੈ ਆਉਣ ਤੂੰ ਪਰ ਮਾਰ ਕੇ ਦਿਖਾਈ ਨਾਲ ਇਹ ਗੈਂਗਸਟਰ ਦੇਖ ਲਾਂਗੇ ਕੋਈ ਨਹੀਂ ਦਿਖਾਈ ਦੇ ਸਕਦਾ ਇੱਛਾ ਹੀ ਨਹੀਂ ਇਹਨਾਂ ਲੋਕਾਂ ਦੀ ਇਹ ਤਾਂ ਮੈਨੂੰ ਤਾਂ ਇਹ ਲੱਗਦਾ ਕਿ ਕੇਜਰੀਵਾਲ ਨੇ ਖੁਦ ਪੈਦਾ ਕੀਤਾ ਹੋਇਆ ਪੰਜਾਬੀ ਪਹਿਲਾਂ ਸਮਝ ਗਈ ਸੀ ਪਿਛਲੀਆਂ ਚੋਣਾਂ 'ਚ ਕਿ ਜਿੱਤਰੀ ਸੀ ਆਮ ਆਦਮੀ ਪਾਰਟੀ ਇਸ ਤੋਂ ਪਿਛਲੀਆਂ 'ਚ ਵੀ ਪਰ ਕੀ ਹੋਇਆ ਕਿ ਕੇਜਰੀਵਾਲ ਜਾ ਕੇ ਇੱਕ ਅਤੰਕਵਾਦੀ ਦੇ ਘਰ ਰੁੱਕ ਗਿਆ ਲੋਕਾਂ ਨੂੰ ਸਮਝ ਪੈ ਗਈ ਉਹਨਾਂ ਨੇ 20 ਸੀਟਾਂ ਤੇ ਰੋਕ ਤੇ ਠੀਕ ਹੈ ਇਸ ਵਾਰ ਧੋਖਾ ਖਾਗੇ ਤੇ ਉਹਨੇ ਹੁਣ ਇਹ ਜਿਹੜੇ ਜਿੰਨਾਂ ਤੋਂ ਪੈਸਾ ਲਿਆ ਗੁਰਪ੍ਰਤਮ ਪੰਨੂ ਨੇ ਕਿਹਾ ਸੀ ਕਿ ਕੇਜਰੀਵਾਲ ਨੂੰ ਅਸੀਂ ਫੰਡਿੰਗ ਕੀਤੀ ਹੈ ਉਹਨੇ ਅਕਾਊਂਟ ਨੰਬਰ ਵੀ ਦਿੱਤੇ ਤੈਨੂੰ ਸਾਡੇ ਖਿਲਾਫ ਕਿੱਦਾਂ ਜਾਊਗਾ ਹੁਣ ਉਹਨਾਂ ਦੇ ਹਿਸਾਬ ਨਾਲ ਹੀ ਤਾਂ ਚੱਲਣਾ ਉਹ ਚੱਲ ਰਿਹਾ ਨਹੀਂ ਤਾਂ ਇਹਦੀ ਕੀ ਕੀ ਤਾਕਤ ਆ ਇੱਥੇ ਕੋਈ ਖਾਲਿਸਤਾਨ ਨਹੀਂ ਬਣਨਾ ਇਹ ਤਾਂ ਮੁਲਕ 'ਚ ਹੋਰ ਜੁੜ ਜਾਣੇ ਆ ਹੁਣ ਜਿਹੜਾ ਜਿਹਨੂੰ ਪਾਕ ਅਕੂਪਾਈਡ ਕਸ਼ਮੀਰ ਕਹਿੰਦੇ ਆ ਨਾ ਆ ਸਾਲ ਦੇ ਅੰਦਰ ਅੰਦਰ ਹੀ ਤੁਹਾਨੂੰ ਪਤਾ ਲੱਗੂਗਾ ਕਿ ਸ਼ਾਮਲ ਹੋ ਗਿਆ ਹਿੰਦੁਸਤਾਨ 'ਚ ਜੱਥੇਦਾਰ ਹੋਰਾਂ ਨੇ ਕਿਹਾ ਕਿ ਅਸੀਂ ਕਮੇਟੀ ਬਣਾਵਾਂਗੇ ਉਹਨਾਂ ਨੇ ਕਮੇਟੀ ਵੀ ਬਣਾਈ 15 ਦਿਨਾਂ ਤੱਕ ਆਉਂਦੇ ਵੀ ਰਿਪੋਰਟ ਆਏਗੀ ਅਸੀਂ ਫੈਸਲਾ ਲਵਾਂਗੇ ਕਿ ਇਹਦਾ ਧਰਨੇ ਮੁਜ਼ਾਹਰਿਆਂ ਦੇ ਵਿੱਚ ਗੁਰੂ ਮਹਾਰਾਜ ਨੂੰ ਲੈ ਕੇ ਜਾਣਾ ਸਹੀ ਆ ਜਾਂ ਗਲਤ ਉਹ ਫੈਸਲੇ ਨੂੰ ਕਿਵੇਂ ਦੇਖਦੇ 15 ਦਿਨ ਬਾਅਦ ਕਿਉਂ ਫੈਸਲਾ ਲੈਣਾ ਅੱਜ ਹੀ ਫੈਸਲਾ ਲੈਣਾ ਇਹ ਤਾਂ ਅਨਪੜ੍ਹ ਬੰਦੇ ਨੂੰ ਵੀ ਪਤਾ ਯਾਰ ਕਿ ਬੇਅਦਬੀ ਹੋਈ ਆ ਲਿਜਾ ਕੇ ਥਾਣਿਆਂ 'ਚ ਕੀ ਹੁੰਦਾ ਲੋਕ ਟਰਟਚਰ ਹੁੰਦੇ ਆ ਠੀਕ ਹੈ ਉੱਥੇ ਮਾਸ ਮਛਲੀ ਵੀ ਬਣਦੀ ਆ ਉੱਥੇ ਹੋਰ ਵੀ ਗੰਦ ਹੁੰਦਾ ਬਹੁਤ ਕੁਝ ਜਿਹਨੂੰ ਅਸੀਂ ਨਹੀਂ ਰੋਕ ਸਕਦੇ ਤੇ ਉਹ ਤਾਂ ਸਿੱਧਾ-ਸਿੱਧਾ ਉਹਨਾਂ ਨੂੰ ਕਹਿਣ ਕਿ ਭਈ ਇਹ ਬੇਅਦਬੀ ਆ ਔਰ ਇਹਦਾ ਤੂੰ ਦੋਸ਼ੀ ਆ ਚੱਲ ਜੇਲ ਉਹਦੇ ਨਾਲ ਦੇ ਬੰਦਿਆਂ ਨੂੰ ਵੀ ਫੜਕੇ ਲੈ ਜਾਣ ਸਮਝੀਂ ਗੈ ਨਾ ਗੱਲ ਇੰਨੀ ਗੱਲ ਆ ਹੋਰ ਕੁਝ ਨਹੀਂ ਸਖਤੀ ਨਾਲ ਜ਼ੀਰੋ ਟੋਲਰੈਂਸ ਤੇ ਕੰਮ ਹੋਵੇ ਤੇ ਨਾ ਇਹ ਗੈਂਗਸਟਰ ਪਰ ਮਾਰ ਸਕਦੇ ਆ ਨਾ ਕੋਈ ਹੋਰ ਮਾਰਸਾ ਜੇਲ੍ਹਾਂ ਚ ਬੰਦੇ ਮਰਵਾਉਂਦੇ ਆ ਜਦੋਂ ਮੈਂ ਸ਼ੁਰੂ ਚ ਕਹਿੰਦਾ ਰਿਹਾ ਕਿ ਭਾਈ ਤੁਸੀਂ ਕੀ ਕੀਤਾ ਤੁਸੀਂ ਜੇਲ੍ਹ ਦੇ ਅੰਦਰ ਮੁਖ्तार ਅंसारी ਖੁਦ ਇਹਨਾਂ ਦੇ ਜੇਲ੍ਹ ਮੰਤਰੀ ਨੇ ਕਿਹਾ ਹਰਜੋਤ ਬੈਂਸ ਨੇ ਕਿ ਉਹ ਆਪਣੀ ਔਰਤ ਨਾਲ ਰਹਿੰਦਾ ਰਿਹਾ ਜੇਲ੍ਹ ਚੋਂ ਬਾਹਰ ਜਾਂਦਾ ਰਿਹਾ ਗੈਂਗਸਟਰ ਜਿਹੜੇ ਐਨਜੋਏ ਕਰਦੇ ਰਏ ਜੇਲਾ ਚ ਵੀ ਹੁਣ ਵੀ ਕਰਦੇ ਐ ਤੇ ਉਸ ਤੋਂ ਬਾਅਦ ਮੁਖ्तार ਅंसारी ਚਲਾ ਗਿਆ ਜਿਹੜੇ ਜੇਲ੍ਹ ਅਧਿਕਾਰੀਆਂ ਨੇ ਇਹ ਕੀਤਾ ਜਿਹੜੇ ਲੀਡਰਾਂ ਨੇ ਇਹ ਕੀਤਾ ਇਹ ਮਿਨਿਸਟਰਾਂ ਦਾ ਜੇਲ੍ਹ ਅਧਿਕਾਰੀਆਂ ਦਾ ਔਰ ਇਹਨਾਂ ਦਾ ਗੈਂਗਸਟਰਜ਼ ਦਾ ਨੈਕਸਸ ਆ ਨਾਰਕੋ ਟਰੋਰਿਜ਼ਮ ਵੀ ਐਸੇ ਕਰਕੇ ਆ ਤੇ ਉਹਨਾਂ ਨੂੰ ਹੁਣ ਤੱਕ ਅਰੈਸਟ ਕਰਕੇ ਸਾਹਮਣੇ ਕਿਹਨੂੰ ਲਿਆਏ ਕਿਨੇ ਰੱਖਿਆ ਉਹ ਉਹਦੀ ਔਰਤ ਨਾਲ ਕਿਵੇਂ ਰਹਿੰਦਾ ਰਿਹਾ ਅਜ ਜੋਗੀ ਜੀ ਦੇ ਜਾ ਕੇ ਦੇਖੋ ਜੇਲ੍ਹਾਂ ਚ 4-4 ਸਾਲ ਕ੍ਰਿਮਨਲਸ ਨੂੰ ਮਿਲ ਨਹੀਂ ਸਕਦੇ ਉਹਨਾਂ ਦੇ ਪਰਵਾਰਾਂ ਦੇ ਨੇੜੇ ਨਹੀਂ ਲੱਗਣ ਦਿੰਦੇ ਅਚਨ ਇੱਕ ਬਿਆਨ ਕੈਪਟਨ ਨਮਿੰਦਰ ਸਿੰਘ ਦਾ ਉਹਨਾਂ ਨੇ ਕਿਹਾ ਵੀ ਰਾਸ਼ਟਰਪਤੀ ਰਾਜ ਲਾਗੂ ਕਰੋ ਬਿਆਨ ਨੂੰ ਕਿਵੇਂ ਦੇਖ ਲਿਓ ਮੈਂ ਤਾਂ ਰਾਸ਼ਟਰਪਤੀ ਰਾਜ ਦੇ ਹੱਕ ਚ ਨਹੀਂ ਕਿਉਂ ਲੋਕਾਂ ਨੂੰ ਜਦੋਂ ਅਸੀਂ ਜਾ ਕੇ ਕਹਿੰਦੇ ਸੀ ਭਾਈ ਵੋਟ ਜਿਹੜੀ ਆ ਸਾਨੂੰ ਪਾ ਦਿਓ ਜਾਂ ਕਿਸੇ ਹੋਰ ਨੂੰ ਪਾ ਦਿਓ ਇਹਨਾਂ ਨੂੰ ਨਾ ਪਾਓ ਫੇਰ ਬਦਮਾਸ਼ ਨੇ ਬਗਾੜਨ ਵਾਸਤੇ ਆਏ ਆ ਇਹ ਸੁਧਾਰਨ ਵਾਸਤੇ ਨਹੀਂ ਆਏ ਤਾਂ ਲੋਕ ਕੀ ਕਹਿੰਦੇ ਸੀ ਨਹੀਂ ਬਦਲਾਅ ਚਾਹੀਦਾ ਬਦਲਾਅ ਚਾਹੀਦਾ ਹੁਣ ਬਦਲਾਅ ਦਾ ਆਨੰਦ ਲੈ ਲੈਣ ਦੇ ਚਾਰ ਸਾਲ ਹੋਰ ਇਹਨਾਂ ਨੂੰ ਪਤਾ ਲੱਗ ਜੂ ਪੂਰਾ ਕਿਹੜਾ ਜਿਹਾ ਬਦਲਾਅ ਸਭ ਤੋਂ ਫਰੋਤੀਆਂ ਮੰਗਦੇ ਆ ਪੁਲਿਸ ਮੁਕੱਦਮੇ ਨਹੀਂ ਦਰਜ ਕਰਦੀ ਔਰ ਕਟਾਈਆਂ ਹੁੰਦੀਆਂ ਸ਼ਰਿਆਂ ਬਾਜ਼ਾਰਾਂ 'ਚ ਕਿਸੇ ਦਾ ਹੱਥ ਕੱਟ ਲੈਂਦੇ ਆ ਕਿਸੇ ਦੀ ਵੀਡੀਓ ਬਣਾ ਕੇ ਪਾ ਦਿੰਦੇ ਆ ਇਹਨਾਂ ਨੂੰ ਕੋਈ ਯੂਪੀ 'ਚ ਪਾਓ ਨਾ ਵੀਡੀਓ ਪਤਾ ਲੱਗ ਜੂਗਾ 2 ਮਿੰਟ ਚ ਅਗਲੇ ਚੌਕ ਤੋਂ ਪਹਿਲਾਂ ਬਣਾ ਲਾਸ਼ ਬਣਾਉਂਦੇ ਆ ਉੱਥੇ ਸਿੱਟ ਲੈਂਦੇ ਆ ਇਹ ਕੋਈ ਗੱਲ ਆ ਉਹ ਤਾਂ ਕਹਿੰਦੇ ਇਸ ਦਾ ਆਪ ਦੇ ਬੰਦੇ ਨੂੰ ਵੀ ਨਹੀਂ ਛੱਡਦੇ ਜੇ ਕਰੱਪਸ਼ਨ ਕਰਦਾ ਸੀ ਤਾਂ ਬਾਹਰ ਕੱਢ ਦਿੰਦੇ ਆ ਐਕਸ਼ਨ ਲੈ ਲੈਂਦੇ ਆ ਵਿਜੀਲੈਂਸ ਗ੍ਰਿਫਤਾਰ ਕਰ ਲੈਂਦੀ ਆ ਆ ਹੁਣ ਕਿਹਜਿਹੜੀ ਐਨੂੰ ਫੜਿਆ ਸ਼ਿਸ਼ੋਧੀਆਂ ਨੂੰ ਕਰੱਪਸ਼ਨ ਵਾਲੇ ਨੂੰ ਉਹਦੇ ਪਿੱਛੇ ਮੁਜ਼ਾਰੇ ਕਿਉਂ ਕਰਦੇ ਆ ਫਿਰ ਇਹ ਡਬਲ ਸਟੈਂਡਰਡ ਆ ਇਹਨਾਂ ਦੇ ਅਸੀਂ ਸਾਡਾ ਬੰਦਾ ਕੋਈ ਫੜਿਆ ਜਾਵੇ ਅਸੀਂ ਕਹਿੰਦੇ ਆ ਭਾਈ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਆ ਕਾਨੂੰਨ ਦਾ ਸਾਹਮਣਾ ਕਰੋ ਅਦਾਲਤਾਂ 'ਚ ਵਿਸ਼ਵਾਸ ਰੱਖੋ ਅਸੀਂ ਤਾਂ ਕਹਿੰਦੇ ਆ ਭਗਵੰਤ ਮਾਨ ਤੇਰੇ 'ਚ ਹ ਆਪੇ ਵਰੀ ਹੋ ਜਾਣਾ ਜੇ ਕੋਈ ਗਲਤ ਨਹੀਂ ਹੋਊਗਾ ਤੇ ਤੁਸੀਂ ਕੋ ਰੌਲਾ ਪਾਉਣੇ ਹੋ ਅੱਜ ਸਾਡੇ ਦਫ਼ਤਰ ਦਾ ਕਰੋ ਕਰੀ ਬਹਲੇ ਕਿਰਲਾ ਮੇਰਾ ਸਵਾਲ ਹੈ ਕਿ ਭਾਜਪਾ ਦਾ ਕੀ ਸਟੈਂਡ ਰਹੇਗਾ ਵਾਰਿਸ ਪੰਜਾਬ ਜਥੇਬੰਦੀ ਤੇ ਅਮਰਿਤਪਾਲ ਸਿੰਘ ਤੇ ਨਜ਼ਰ ਬਣੀ ਹੋਈ ਹੈ ਇਨਵੋਲਵਮੈਂਟ ਹੋਏਗੀ ਪੰਜਾਬ ਦੇ ਭਾਜਪਾ ਨਹੀਂ ਕੁਛ ਕਰਦੀ ਕੇਂਦਰ ਸਰਕਾਰ ਕਰ ਰਹੀ ਹੈ ਤੇ ਪੰਜਾਬ ਸਰਕਾਰ ਕਰ ਰਹੀ ਹੈ ਨਜ਼ਰ ਜ਼ਰੂਰ ਆ ਪਰ ਅਮਰਿਤਪਾਲ ਕੋਈ ਚੀਜ਼ ਹੀ ਨਹੀਂ ਹੈ ਅੱਜ ਮੈਂ ਤੁਹਾਨੂੰ ਦੱਸ ਦਿੰਦਾ ਇਹ ਤਾਂ ਐਵੇਂ ਚੜਾਇਆ ਹੋਇਆ ਇੱਕ ਕੇਜਰੀਵਾਲ ਦਾ ਕਰਿੰਦਾ ਤੇ ਬਾਕੀ ਕੁਝ ਨਹੀਂ ਹੈ ਇਹ ਤਾਂ ਬੀਜੇਪੀ ਦੇ ਆਉਂਦੇ 10 ਦਿਨ ਚਿੜੀਆ ਪਰ ਨਹੀਂ ਮਾਰ ਸਕਦੀ ਮੈਂ ਤੁਹਾਨੂੰ ਫੇਰ ਕਹੀ ਜਾਂਦਾ ਜਾਂ ਇਹਨੂੰ ਭੇਜ ਦਿਓ 10 ਦਿਨ ਜੂਪੀ ਜਾਇਆ ਹੋਵੇ ਇਹ ਖਾਲਸਾ ਵਹੀਰ ਘੱਟਦਾ ਉੱਥੇ ਵੀ ਘੱਟਿਆ ਹੋਵੇ ਥੋੜੀ ਜੀ ਪਤਾ ਲੱਗ ਜਾਊਗਾ ਕਿਹੜੀ ਮਾਂ ਨੇ ਦੁੱਧ ਪੁਲਾਇਆ ਇਹਨੂੰ ਉਹ ਕਹਿੰਦੇ ਵੀ ਮੈਂ ਨਸ਼ਾ ਛਡਾ ਰਿਹਾ ਵਾਂ ਅੰਮ੍ਰਿਤ ਛਕ ਰਿਹਾ ਇਸ ਇਸ ਚੀਜ਼ ਨੂੰ ਕਿਵੇਂ ਦੇਖ ਰ ਅੰਮ੍ਰਿਤ ਛਕਾਇਆ ਜਿਹੜੇ ਨਸ਼ੇ ਛਡਾਉਣੇ ਆ ਪੁਲਸਰਾਂ ਨੂੰ ਜ਼ਖਮੀ ਕਰਨਾ ਨਸ਼ੇ ਛਡਾਉਣਾ ਹੈ ਪੱਤਰਕਾਰਾਂ ਨੂੰ ਜ਼ਖਮੀ ਕਰਨਾ ਨਸ਼ੇ ਛਡਾਉਣਾ ਜਿਹੜੇ ਨਾਂ ਉਹਦੇ ਲਾਠੀ ਮਾਰ ਰਹੇ ਨੇ ਡੰਡਾ ਮਾਰ ਰਹੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਔਟਾਸਰ ਲੈਣਾ ਕੋਈ ਨਸੇਸ਼ਨ ਹੋਣਾ ਜਿਹਨੂੰ ਸਤਕਾਰ ਹੀ ਨਹੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਮਰਿਆਦਾ ਦਾ ਪਾਲਣ ਨਹੀਂ ਕਰਦਾ ਉਹ ਕੀ ਨਸੇਸ਼ਨ ਬਾਊਗਾ ਇਹਦਾ ਤੁਸੀਂ ਦੇਖਣਾ ਬਾਅਦ ਵਿੱਚ ਖੁਦ ਹੀ ਵੇਚਣ ਲੱਗ ਜਾਊਗਾ ਇਹ ਕੋਈ ਗੱਲ ਨਹੀਂ ਹੈ ਸੀ ਇਹਨੂੰ ਸਿਰ ਨਾਲ ਚੜਾਓ ਬਹੁਤਾ ਨਾ ਇਹਦੇ ਬਾਰੇ ਚਰਚਾ ਕਰੋ ਇਹਨੂੰ ਆਪੇ ਹੀ ਬੰਦੇ ਦਾ ਪੁੱਤ ਬਣਾ ਦੇਗੇ ਕੋਈ ਐਸੀ ਗੱਲ ਨਹੀਂ ਸਮੇਂ ਦੇੰਦਲੀ ਤਾਂ ਸੜਨਾ ਜੁੜੇ ਹੋਏ ਸੀ ਹਰਜੀਤ ਗਰੇਵਾਲ ਜਿਨ੍ਹਾਂ ਨੇ ਪੰਜਾਬ ਦੇ ਉਸ ਮੁੱਦੇ ਦੇ ਉੱਤੇ ਆਪਣੇ ਵਿਚਾਰ ਰੱਖਿਆ ਜੋ ਮੁੱਦਾ ਇਸ ਸਮੇਂ ਪੂਰੇ ਪੰਜਾਬ ਦੇ ਵਿੱਚ ਨਹੀਂ ਪੂਰੇ ਦੇਸ਼ ਭਰ ਦੇ ਵਿੱਚ ਗਰਮਾਇਆ ਹੋਇਆ ਤੇ ਇਸ ਮੁੱਦੇ ਦਾ ਭਵਿੱਖ ਕੀ ਹੋਏਗਾ ਅਮਰਿਤਪਾਲ ਸਿੰਘ ਦੇ ਨਾਲ ਜੁੜੀਆਂ ਹੋਈਆਂ ਜੋ ਗੱਲਾਂ ਨੇ ਵਿਵਾਦ ਨੇ ਉਸ ਦਾ ਕੀ ਭਵਿੱਖ ਹੋਏਗਾ ਸੈਂਟਰ ਸਰਕਾਰ ਇਨਵੋਲਵਮੈਂਟ ਹੋਏਗੀ ਪੰਜਾਬ ਦੇ ਇਹਨਾਂ ਮੁੱਦਿਆਂ ਦੇ ਵਿੱਚ ਜਾਂ ਪੰਜਾਬ ਸਰਕਾਰੀ ਡੀਲ ਕਰੇਗੀ ਜੋ ਵੀ ਹੋਏਗਾ ਸਭ ਦੇ ਸਾਹਮਣੇ ਹੋਏਗਾ ਅਸੀਂ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਨਜ਼ਰ ਜੁੜੇ ਰਹਿਣਾ ਸਟਾਰ ਕੈਨਡਾ ਟੀਵੀ ਦੇ ਨਾਲ ਕੈਮਰਾਮੈਨ ਪ੍ਰਦੀਪ ਦੇ ਨਾਲ